ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਵਾਲੇ ਆਈਕੋਨ ਨੂੰ ਵੀ ਦਬਾਓ। ਹੈਲੋ ਦੋਸਤੋ, ਆਪ ਦਾ ਬਹੁਤ ਬਹੁਤ ਸਵਾਗਤ ਹੈ ਕਬੱਡੀ 105 ਉੱਤੇ। ਅਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਬੱਡੀ ਦੇ ਸਟਾਰ ਜਾਫੀ ਜੱਗਾ ਚਿੱਟੀ ਦੀ। ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਦੇ ਰਹਿਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰਨਾ। ਅਤੇ ਜੇਕਰ ਤੁਸੀਂ ਆਪਣੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਫੋਲੋ ਨਹੀਂ ਕੀਤਾ ਤਾਂ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਫੋਲੋ ਕਰ ਸਕਦੇ ਹੋ। ਜੱਗੇ ਚਿੱਟੀ ਦਾ ਪੂਰਾ ਨਾਂ ਜਗਦੀਪ ਸਿੰਘ ਅਟਵਾਲ ਹੈ ਅਤੇ ਉਸ ਦੇ ਪਿੰਡ ਦਾ ਨਾਂ ਚਿੱਟੀ ਹੈ ਜੋ ਕਿ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਹੈ। ਪਰ ਜੱਗੇ ਦਾ ਘਰ ਚਿੱਟੀ ਤੋਂ 2 ਕਿਲੋਮੀਟਰ ਦੂਰ ਖੇਤਾਂ ਵਿੱਚ ਬਣਿਆ ਹੋਇਆ ਹੈ ਅਤੇ ਉਸ ਦੇ ਘਰ ਦਾ ਰਸਤਾ ਕੱਚਾ ਹੈ ਅਤੇ ਬਿਜਲੀ ਵੀ ਮਸਾਂ 8 ਘੰਟੇ ਹੀ ਆਉਂਦੀ ਹੈ। ਅਸੀਂ ਇਹ ਆਪ ਨੂੰ ਇਸ ਲਈ ਦੱਸ ਰਹੇ ਹਾਂ ਤਾਂ ਕਿ ਆਪ ਨੂੰ ਪਤਾ ਲੱਗ ਸਕੇ ਕਿ ਜੱਗਾ ਇੱਕ ਸਧਾਰਨ ਜਿਹੇ ਗਰੀਬ ਪਰਿਵਾਰ ਵਿੱਚ ਪੈਦਾ ਹੋ ਕੇ ਕਿਸ ਤਰ੍ਹਾਂ ਕਬੱਡੀ ਦਾ ਸਟਾਰ ਜਾਫੀ ਬਣਿਆ। ਜੱਗੇ ਦਾ ਜਨਮ 21 ਜੂਨ 1996 ਨੂੰ ਮਾਤਾ ਬਲਜਿੰਦਰ ਕੌਰ ਅਤੇ ਪਿਤਾ ਸਰਦਾਰ ਸੋਹਣ ਸਿੰਘ ਦੇ ਘਰ ਹੋਇਆ ਅਤੇ ਉਸ ਦੇ ਪਰਿਵਾਰ ਵਿੱਚ 2 ਵੱਡੀਆਂ ਭੈਣਾਂ ਅਤੇ 1 ਵੱਡਾ ਭਰਾ ਹੈ। ਉਸ ਦਾ ਭਰਾ ਵੀ ਕਬੱਡੀ ਖੇਡਦਾ ਹੈ। ਪਹਿਲਾਂ ਉਸ ਦੇ ਭਰਾ ਦੇ ਸੱਟ ਲੱਗ ਗਈ ਸੀ ਜਿਸ ਦੇ ਕਾਰਨ ਜੱਗੇ ਨੂੰ ਵੀ ਘਰ ਦੇ ਕਬੱਡੀ ਖੇਡਣ ਤੋਂ ਰੋਕਦੇ ਸਨ ਅਤੇ ਉਸ ਨੂੰ ਕਬੱਡੀ ਨਹੀਂ ਖੇਡਣ ਦਿੰਦੇ ਸਨ। ਪਰ ਬਾਅਦ ਵਿੱਚ ਜੱਗੇ ਦੇ ਚਾਚੇ ਦੇ ਮੁੰਡੇ ਨੇ, ਜੋ ਕਿ ਦੁਬਈ ਵਿੱਚ ਰਹਿੰਦਾ ਹੈ, ਨੇ ਉਸ ਦੇ ਘਰਦਿਆਂ 'ਤੇ ਜ਼ੋਰ ਪਾਇਆ ਅਤੇ ਜੱਗੇ ਨੂੰ ਖੁਰਾਕ ਵਗੈਰਾ ਦੇ ਕੇ ਕਬੱਡੀ ਗਰਾਊਂਡਾਂ ਵੱਲ ਵਾਪਸ ਮੋੜਿਆ। ਜੱਗੇ ਚਿੱਟੀ ਨੇ ਕਬੱਡੀ ਖੇਡਣੀ 2015 ਵਿੱਚ ਸ਼ੁਰੂ ਕੀਤੀ ਅਤੇ ਉਹ ਮੰਗਤ ਸਿੰਘ ਮੰਗੀ ਨੂੰ ਆਪਣਾ ਉਸਤਾਦ ਮੰਨਦਾ ਹੈ ਅਤੇ ਉਸ ਦੇ ਨਾਲ ਹੀ NRI ਨਕੋਦਰ ਦੀ ਟੀਮ ਵੱਲੋਂ ਖੇਡਦਾ ਹੈ। ਅਤੇ ਜੇਕਰ ਜੱਗੇ ਦੇ ਫੇਵਰੇਟ ਖਿਡਾਰੀਆਂ ਦੀ ਗੱਲ ਕਰੀਏ ਤਾਂ ਜੱਗਾ ਆਪਣੇ ਫੇਵਰੇਟ ਖਿਡਾਰੀ ਮੰਗੀ ਉਸਤਾਦ ਅਤੇ ਕੁਲਜੀਤੇ ਨੂੰ ਮੰਨਦਾ ਹੈ ਅਤੇ ਹੁਣ ਵੀ ਉਹ ਕਬੱਡੀ ਦੀਆਂ ਬਰੀਕੀਆਂ ਮੰਗੀ ਉਸਤਾਦ ਤੋਂ ਸਿੱਖਦਾ ਰਹਿੰਦਾ ਹੈ। ਜੱਗੇ ਨੇ +2 ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਅਤੇ ਗੱਲ ਕਰੀਏ ਜੱਗੇ ਦੇ ਵਿਦੇਸ਼ੀ ਟੂਰਾਂ ਦੀ ਤਾਂ ਹੁਣ ਤੱਕ ਜੱਗਾ ਕੈਨੇਡਾ, ਨਿਊਜ਼ੀਲੈਂਡ, ਦੁਬਈ ਆਦਿ ਦੇਸ਼ਾਂ ਵਿੱਚ ਖੇਡ ਚੁੱਕਿਆ ਹੈ। ਅਤੇ ਜੇਕਰ ਜੱਗੇ ਦੇ ਪੰਜਾਬ ਦੇ ਕਬੱਡੀ ਕੱਪਾਂ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤਾਂ ਜੱਗਾ ਹੁਣ ਤੱਕ ਲਗਭਗ 20 ਮੋਟਰਸਾਈਕਲ ਅਤੇ ਜਿਸ ਵਿੱਚ 1 ਬੋਲਟ ਮੋਟਰਸਾਈਕਲ ਅਤੇ 3 ਵਾਰ 31,000 ਅਤੇ 1 ਵਾਰ 1,00,000 ਰੁਪਏ ਅਤੇ 6 LEDs ਅਤੇ 5 ਸੋਨੇ ਦੀਆਂ ਮੁੰਦਰੀਆਂ ਅਤੇ ਹੋਰ ਵਾਸ਼ਿੰਗ ਮਸ਼ੀਨ, ਫਰਿੱਜਾਂ ਆਦਿ ਜਿੱਤ ਚੁੱਕਿਆ ਹੈ। ਦੋਸਤੋ, ਜੱਗਾ ਚਿੱਟੀ ਪਹਿਲੀ ਵਾਰ 2017 ਵਿੱਚ ਨਿਊਜ਼ੀਲੈਂਡ ਖੇਡ ਕੇ ਉੱਥੋਂ ਦਾ ਬੈਸਟ ਰਹਿ ਚੁੱਕਿਆ ਹੈ ਅਤੇ 2017 ਅਤੇ 2018 ਵਿੱਚ ਉਹ ਕੈਨੇਡਾ ਖੇਡਿਆ ਅਤੇ ਕੈਨੇਡਾ ਦੇ 2 ਕਬੱਡੀ ਕੱਪਾਂ ਦਾ ਬੈਸਟ ਨਿਕਲਿਆ। ਇਸੇ ਤਰ੍ਹਾਂ ਹੀ ਉਹ ਪੰਜਾਬ ਦੇ ਕਈ ਕਬੱਡੀ ਕੱਪਾਂ ਦਾ ਬੈਸਟ ਰਹਿ ਚੁੱਕਿਆ ਹੈ। ਦੋਸਤੋ, ਵੀਡੀਓ ਨੂੰ ਐਂਡ ਤੱਕ ਪੂਰੀ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਅਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ।